ਸੱਤ ਸ਼ੀਰਿਆ 걸ਫ੍ਰੈਂਡ ਸਾਡੀ ਅੱਜ ਦੀ ਕਹਾਣੀ ਹੈ ਮੂਰਖਾਂ ਦਾ ਟੱਪਰ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਬੀਰਬਲ ਦੇ ਗਵਾੜ ਵਿੱਚ ਇੱਕ ਜੁਲਾਹਿਆਂ ਦਾ ਮੁਹੱਲਾ ਸੀ ਉਹਨਾਂ ਦੇ ਸਰਦਾਰ ਦਾ ਨਾਮ ਫਜ਼ਲਾ ਸੀ ਫਜ਼ਲੇ ਦੀ ਧੀ ਫਾਤਿਮਾ ਜਵਾਨ ਹੋ ਗਈ ਤਾਂ ਉਸ ਦੀ ਮੰਗਣੀ ਕਰ ਦਿੱਤੀ ਗਈ ਇੱਕ ਦਿਨ ਫਾਤਿਮਾ ਇਕੱਲੀ ਘਰ ਵਿੱਚ ਝਾੜੂ ਦੇ ਰਹੀ ਸੀ ਕੀ ਖਿਆਲੀ ਪਲਾਟ ਪਕਾਣੇ ਸ਼ੁਰੂ ਕਰ ਦਿੱਤੇ ਉਹ ਸੋਚਣ ਲੱਗੀ ਅਗਲੇ ਮਹੀਨੇ ਮੇਰਾ ਵਿਆਹ ਹੋਵੇਗਾ ਫਿਰ ਬੱਚਾ ਹੋਵੇਗਾ ਜੇ ਉਹ ਬੱਚਾ ਰੱਬ ਸਬੱਬੀ ਮਾਰ ਹੀ ਜਾਵੇ ਤਾਂ ਆਣ ਨਿਗਵਾਨ ਦੀਆਂ ਜਨਾਨੀਆਂ ਪਰਚੌਣੀ ਲਈ ਆਉਣਗੀਆਂ ਪਰ ਮੈਨੂੰ ਤਾਂ ਰੋਣਾ ਹੀ ਨਹੀਂ ਆਉਂਦਾ ਫਿਰ ਉਸ ਸੋਚਿਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਜੋ ਕੱਲ ਕਰਨਾ ਪੈਣਾ ਹੈ ਉਸ ਦੀ ਅੱਜ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਸੋਚ ਕੇ ਉਹ ਟਾਹੀ ਮਾਰ ਕੇ ਰੋਣ ਲੱਗ ਪਈ ਐਨੇ ਚਿਰ ਨੂੰ ਉਸਦੀ ਛੋਟੀ ਭੈਣ ਆ ਗਈ ਵੱਡੀ ਭੈਣ ਨੂੰ ਰੋਂਦਿਆਂ ਵੇਖ ਕੇ ਉਹ ਵੀ ਰੋਣ ਲੱਗ ਪਈ ਕੋਚਿਰ ਪਿੱਛੋਂ ਉਹਦੀ ਮਾਂ ਆ ਗਈ ਉਹ ਆਪਣੀਆਂ ਜਵਾਨ ਧੀਆਂ ਨੂੰ ਰੋਂਦਿਆਂ ਵੇਖਿਆ ਤਾਂ ਉਹ ਵੀ ਕੰਬਲ ਵਿਛਾ ਕੇ ਰੋਣ ਲੱਗ ਪਈ ਐਨੇ ਚਿਰ ਨੂੰ ਫਜ਼ਲਾਬਾਹਰੋਂ ਆਇਆ ਉਹ ਸਾਰਿਆਂ ਨੂੰ ਰੋਂਦਿਆਂ ਧੋਂਦਿਆਂ ਵੇਖਿਆ ਤਾਂ ਅੰਦਰੋਂ ਵੱਡੀ ਦਰੀ ਕੱਢ ਕੇ ਵਿਹੜੇ ਵਿੱਚ ਵਿਛਾ ਦਿੱਤੀ ਤੇ ਆਪ ਉੱਚੀ ਉੱਚੀ ਟਾਹਾਂ ਮਾਰ ਕੇ ਰੋਣ ਲੱਗ ਪਿਆ ਆਂਡੀਆਂ ਗੁਆਂਡੀਆਂ ਨੇ ਸਾਰੇ ਟੱਬਰ ਨੂੰ ਢਾਹੀ ਮਾਰ-ਮਾਰ ਰੋਂਦਿਆਂ ਵੇਖਿਆ ਤਾਂ ਉਹ ਵੀ ਆ ਕੇ ਫਜ਼ਲੇ ਦਾ ਸਾਥ ਦੇਣ ਲੱਗ ਪਏ ਥੋੜੇ ਚਿਰ ਵਿੱਚ ਹੀ ਸਾਰਾ ਮਹੱਲਾ ਇਕੱਠਾ ਹੋ ਗਿਆ ਮਰਦ ਢਾਹੀ ਮਾਰ ਰਹੇ ਸਨ ਤੇ ਜਨਾਨੀਆਂ ਖੜੋਤੀਆਂ ਸਿਆਪਾ ਕਰ ਰਹੀਆਂ ਸਨ ਇੰਨਾ ਚੀਕ ਚਹਾੜਾ ਪਿਆ ਤਾਂ ਬੀਰਬਲ ਦੀ ਨੀਂਦ ਖੁੱਲ ਗਈ ਉਹ ਫਜ਼ਲੇ ਦੇ ਘਰ ਗਿਆ ਤਾਂ ਨੰਬਰਦਾਰ ਸਦੀਕੇ ਨੂੰ ਪੁੱਛਿਆ ਕਿਉਂ ਪਈ ਕਿਸ ਦੀ ਮੌਤ ਹੋ ਗਈ ਹੈ ਨੰਬਰਦਾਰ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ ਸਰਕਾਰ ਮੈਂ ਤਾਂ ਸਭ ਤੋਂ ਅਖੀਰ ਵਿੱਚ ਆਇਆ ਹਾਂ ਸੋ ਉਸ ਦੇ ਨਾਲ ਦੇ ਜੁਲਾਹੇ ਤੋਂ ਪੁੱਛਿਆ ਕੋਈ ਜਵਾਬ ਨਾ ਮਿਲਣ ਤੇ ਅਖੀਰ ਫਜ਼ਲੇ ਤੋਂ ਪੁੱਛਿਆ ਗਿਆ ਫਜ਼ਲੇ ਦੱਸਿਆ ਕਿ ਉਹ ਉਸ ਦੇ ਘਰ ਆਉਣ ਤੋਂ ਪਹਿਲਾਂ ਉਹਨਾਂ ਦੇ ਕਿਸੇ ਅਜੀਜ਼ ਦੀ ਮੌਤ ਹੋ ਚੁੱਕੀ ਸੀ ਉਸ ਦੀ بیوی کریمੋ ਨੂੰ ਪਤਾ ਹੋਵੇਗਾ ਕਿਸ ਦੀ ਮੌਤ ਹੋ ਗਈ ਹੈ ਕਰੀਮੋ ਕੋਲੋਂ ਪੁੱਛਿਆ ਤਾਂ ਉਹ ਅੱਖਾਂ ਪੂੰਝ ਕੇ ਬੋਲੀ ਫਾਤਿਮਾ ਕੋਲੋਂ ਪੁੱਛੋ ਉਹ ਮੇਰੇ ਤੋਂ ਪਹਿਲਾਂ ਰੋ ਰਹੀ ਸੀ ਉਸ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ ਬੱਸ ਬੱਸ ਹੁਣ ਸਭ ਰੋਣਾ ਟੋਣਾ ਬੰਦ ਕਰੋ ਤੇ ਆਪੋ ਆਪਣੇ ਘਰੀ ਜਾਵੋ ਮੈਨੂੰ ਰੋਣਾ ਚੰਗੀ ਤਰ੍ਹਾਂ ਆ ਗਿਆ ਹੈ ਹੁਣ ਜਦੋਂ ਮੇਰਾ ਬੱਚਾ ਮਰੇਗਾ ਮੈਂ ਆਪ ਇਕੱਲੀ ਚੰਗੀ ਤਰ੍ਹਾਂ ਰੋ ਸਕਾਂਗੀ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ